ਕਹਿੰਦੇ ਹਨ ਕਿ ਮਨੁੱਖ ਦੀ ਜਦ ਹਰ ਪਾਸੋਂ ਆਸ ਟੁੱਟ ਜਾਂਦੀ ਹੈ ਤਾਂ ਉਸ ਨੂੰ ਇੱਕੋ ਹੀ ਸਹਾਰਾ ਨਜ਼ਰ ਆਉਂਦਾ ਹੈ, ਉਹ ਹੈ ਪਰਮਾਤਮਾ ਦਾ। ਅੱਜ ਅਸੀਂ ਤੁਹਾਨੂੰ ਪਠਾਨਕੋਟ ਦੇ ਇੱਕ ਗੁਰਸਿੱਖ ਦੀ ਕਹਾਣੀ ਦਿਖਾਉਣ ਜਾ ਰਹੇ ਹਾਂ ਜਿਸ ਦੇ ਛੋਟੇ ਕੱਦ ਕਾਰਨ ਉਸ ਨੂੰ ਹਰ ਪਾਸੋਂ ਦੁਤਕਾਰਿਆ ਗਿਆ, ਪਰ ਉਸ ਦੀ ਬਾਂਹ ਫੜੀ ਗੁਰੂ ਸਾਹਿਬਾਨ ਨੇ। ਮੇਰਾ ਨਾਂ ਦਿਲਪ੍ਰੀਤ ਸਿੰਘ ਹੈ ਜੀ। ਮੇਰੀ ਬਚਪਨ ਤੋਂ ਥੋੜ੍ਹੀ ਜਿਹੀ ਛੋਟੀ ਜਿਹੀ, ਸੋ ਮੈਂ ਪਲੱਸ ਟੂ ਤੱਕ ਪੜ੍ਹਿਆ। ਅਤੇ ਜਿਹੜੇ ਮੇਰੇ ਚਾਅ ਸੀ ਖੇਡਣ ਦੇ, ਜਦੋਂ ਕੋਈ ਵੀ ਸਕੂਲ 'ਚ ਐਕਟੀਵਿਟੀ ਹੋਣੀ, ਹਰ ਇੱਕ ਐਕਟੀਵਿਟੀ 'ਚ ਹਿੱਸਾ ਲੈਂਦਾ, ਪਰ ਕਈ ਐਕਟੀਵਿਟੀਆਂ 'ਚ ਮੈਂ ਪਿੱਛੇ ਰਹਿ ਜਾਂਦਾ ਸੀ। ਉਸ ਕਰਕੇ ਲੋਕਾਂ ਨੇ ਵੀ ਮਜ਼ਾਕ ਉਡਾਉਣਾ ਸ਼ੁਰੂ ਕੀਤਾ। ਫਿਰ ਮੈਂ ਜਗ੍ਹਾ ਜਗ੍ਹਾ 'ਤੇ ਬੜਾ ਭਟ ਗਿਆ, ਮਤਲਬ ਕਿ ਕਿਸੇ ਕੋਲ ਕੰਮ ਵੀ ਕੀਤਾ ਥੋੜ੍ਹਾ ਚਿਰ, ਕਿਸੇ ਹੋਰ ਜਗ੍ਹਾ 'ਤੇ ਵੀ ਕੰਮ ਕੀਤਾ। ਫਿਰ ਉਸ ਤੋਂ ਬਾਅਦ ਮੈਂ ਨਾ ਬਿਮਾਰ ਹੋ ਗਿਆ ਸੀ ਥੋੜ੍ਹਾ ਜਿਹਾ, ਫਿਰ ਉਸ ਤੋਂ ਬਾਅਦ ਗੁਰੂ ਦੇ ਲੜ ਲੱਗਿਆ, ਫਿਰ ਗੁਰੂ ਸਾਹਿਬ ਨੇ ਕਿਰਪਾ ਕੀਤੀ, ਹੁਣ ਮੈਨੂੰ ਸਭ ਕੁਛ ਮਿਲ ਗਿਆ, ਹੁਣ ਮੈਨੂੰ ਕਿਸੇ ਵੀ ਚੀਜ਼ ਦੀ ਲੋੜ ਨਹੀਂ ਹੈ। ਮੇਰਾ ਪੂਰਾ ਗੁਰਦੁਆਰੇ ਆਦਰ ਸਤਿਕਾਰ ਕੀਤਾ ਜਾਂਦਾ, ਅਤੇ ਹਰ ਇੱਕ ਜ਼ਿੰਮੇਵਾਰੀ ਗੁਰਦੁਆਰੇ ਦੀ ਮੈਂ ਪੂਰੇ ਫਰਜ਼ੀ ਢੰਗ ਨਾਲ ਮਾਨਾ। ਕੋਈ ਵੀ ਮੈਨੂੰ ਕੰਮ ਕਿਹਾ ਜਾਂਦਾ, ਸਾਰਾ ਅੱਗੇ ਹੋ ਕੇ ਕਰਨਾ। ਪਰ ਅੱਜ ਉਹ ਲੋਕ ਮਿਲਦੇ ਨੇ ਜਿਹੜੇ ਮੈਨੂੰ ਪਹਿਲੇ ਕਹਿੰਦੇ ਸੀ ਕਿ ਤੈਨੂੰ ਕੁਛ ਨਹੀਂ ਕਰ ਸਕਦਾ ਜ਼ਿੰਦਗੀ 'ਚ, ਕੁਛ ਵੀ ਨਹੀਂ ਕਰ ਸਕਦਾ, ਤੇਰੇ ਨਾਲ ਕੁਛ ਨਹੀਂ ਬਣਨਾ। ਅੱਜ ਉਹ ਮੈਨੂੰ ਦੇਖਦੇ ਆ ਅਤੇ ਅੱਜ ਮੇਰੇ ਅੱਗੇ ਉਹ ਸਲਾਮ ਕਰਦੇ ਨੇ। ਤੋ ਨੌਜਵਾਨੀ ਨੂੰ ਇਹੀ ਕਹਿਣਾ ਚਾਹੁੰਦਾ ਕਿ ਗੁਰੂ ਦੇ ਲੜ ਲਗੋ, ਨਸ਼ਾ ਨੁਸ਼ਾ ਛੱਡੋ। ਮੈਂ ਅਮਰਿਤ ਭਾਅ ਜੀ 2019 'ਚ ਛਕਿਆ ਸੀ, ਅਤੇ ਮੈਂ ਸਵੇਰ ਉੱਠ ਕੇ ਮੇਰਾ ਕੰਮ ਇਹ ਹੁੰਦਾ ਕਿ ਸਾਰਾ ਪਹਿਲਾਂ ਗੁਰਦੁਆਰਾ ਖੋਲ੍ਹ ਕੇ ਗੁਰੂ ਸਾਹਿਬ ਇਸ਼ਨਾਨ ਪਾਣੀ ਕਰਕੇ ਆਪਣਾ ਪ੍ਰਸ਼ਾਦ ਬਣਾ ਕੇ ਗੁਰੂ ਸਾਹਿਬ ਨੂੰ ਭੋਗ ਲਾਉਣਾ ਹੁੰਦਾ। ਭੋਗ ਲਗਾ ਕੇ ਫਿਰ ਉਸ ਤੋਂ ਬਾਅਦ ਗੁਰਦੁਆਰੇ ਬਾਹਰ ਕੋਈ ਕੰਮ ਦੇਖੀ ਦਾ, ਫਿਰ ਉਹ ਕਰ ਲਈ ਦਾ, ਨਹੀਂ ਤਾਂ ਫਿਰ ਆਪਣੀ ਰੈਸਟ ਟਾਈਮ ਕਮਰੇ 'ਚ ਚੱਲ ਜਾਂਦੇ। ਫਿਰ ਉਸ ਤੋਂ ਬਾਅਦ ਆਪਣੀ 7 ਵਜੇ ਤੋਂ ਲੈ ਕੇ 11 ਵਜੇ ਤੱਕ ਡਿਊਟੀ ਸ਼ੁਰੂ ਹੁੰਦੀ ਹੈ। ਫਿਰ ਉਹ 7 ਵਜੇ ਤੋਂ ਲੈ ਕੇ 11 ਵਜੇ ਤੱਕ ਅਸੀਂ ਅੰਦਰ ਹਾਲ 'ਚ ਬਹਿਣਾ ਹੁੰਦਾ। ਉਸ ਤੋਂ ਬਾਅਦ ਫਿਰ ਸ਼ਾਮੀ 4 ਤੋਂ 8 ਡਿਊਟੀ ਹੁੰਦੀ ਹੈ, ਉਹਦੇ ਵਿੱਚ ਵੀ ਅੰਦਰ ਹੀ ਬਹਿਣਾ ਹੁੰਦਾ। ਬਾਕੀ ਫ੍ਰੀ ਟਾਈਮ ਮੈਂ ਆਪਣਾ ਪਾਰਟ ਟਾਈਮ ਜੋਬ ਕਰਨਾ। ਬੜਾ ਵਧੀਆ ਲੱਗਦਾ, ਮੈਂ ਸੋਚਿਆ ਕਿ ਮੈਨੂੰ ਕੁਛ ਵੀ ਨਹੀਂ ਬਣੇਗਾ, ਜਿਨ੍ਹਾਂ ਨੇ ਮੈਨੂੰ ਕਿਹਾ ਕਿ ਜ਼ਿੰਦਗੀ 'ਚ ਕੁਛ ਨਹੀਂ ਬਣਨਾ, ਮੈਂ ਉਸੇ ਲਈ ਆਸ ਲਾ ਕੇ ਬੈਠਾ ਹੋਇਆ ਸੀ। ਅਤੇ ਅੱਜ ਮੈਂ ਗੁਰੂ ਘਰ ਵਿੱਚ ਸੇਵਾ ਕਰਨਾ, ਮੇਰੇ ਕੋਲ ਹਰ ਇੱਕ ਚੀਜ਼ ਹੈ, ਕੋਈ ਵੀ ਚੀਜ਼ ਦੀ ਕਮੀ ਨਹੀਂ ਹੈ। ਮੇਰੇ ਸਾਥੀ ਭਾਈ ਦਿਲਪ੍ਰੀਤ ਸਿੰਘ ਜੀ, ਉਹ ਸਾਡੇ ਨਾਲ ਸੇਵਾਦਾਰ ਦੀ ਡਿਊਟੀ ਕਰਦੇ ਹਨ। ਪਿਛਲੇ ਸਾਲ 2023 ਦੇ ਵਿੱਚ ਮੈਂ ਇੱਥੇ ਜੁਆਇਨਿੰਗ ਕੀਤੀ ਸੀ, ਸੋ ਮੇਰੇ ਤੋਂ ਪਹਿਲਾਂ ਇੱਥੇ ਸੇਵਾ ਨਿਭਾ ਰਹੇ ਹਨ, ਸੋ ਸੇਵਾਦਾਰ ਦੀ ਡਿਊਟੀ ਕਰਦੇ ਹਨ। ਬਾਬੇ ਦੀ ਕਿਰਪਾ ਨਾਲ, ਉਹਨਾਂ ਦੀ ਬਹੁਤ ਕਿਰਪਾ ਹੈ ਮਾਲਕ ਦੀ, ਇਹ ਆਪਣੀ ਡਿਊਟੀ ਬਖੂਬੀ ਕਰਦੇ ਹਨ। ਅਤੇ ਜੋ ਸਤਿਕਾਰ ਇੱਕ ਛੋਟੀ ਹਾਈਟ ਦੇ ਕਰਕੇ ਜੋ ਮਖੌਲ ਉਹਨਾਂ ਦੇ ਨਾਲ ਕੀਤਾ ਜਾਂਦਾ ਸੀ, ਜਾਂ ਸਮਾਜ ਦੇ ਵਿੱਚ ਇਹ ਗੱਲ ਪ੍ਰਚਲਿਤ ਹੁੰਦੀ ਹੈ, ਹਾਸਾ ਮਖੌਲ ਕੀਤਾ ਜਾਂਦਾ ਹੈ, ਸੋ ਸਤਿਕਾਰ ਜੋ ਬਰਾਬਰਤਾ ਉਹਨੂੰ ਮਿਲੀ ਹੈ, ਉਹ ਗੁਰਦੁਆਰਾ ਸਾਹਿਬ ਦੇ ਵਿੱਚ ਉਹਨੂੰ ਸੇਵਾਦਾਰੀ ਦੇ ਨਾਲ ਕਰਦੇ ਕਰਦੇ ਪੂਰਨ ਰੂਪ ਦੇ ਵਿੱਚ ਮਿਲ ਰਹੀ ਹੈ। ਸੋ ਮੈਂ ਇਹੀ ਆਸ ਕਰਦਾ ਹਾਂ ਕਿ ਉਹਨੂੰ ਨਾਲ ਦੀ ਨਾਲ ਗੁਰਬਾਣੀ ਦੀ ਸੰਥਿਆ ਜਾਂ ਹੋਰ ਅੱਗੇ ਵਧਣ ਦੇ ਲਈ ਉਹ ਕੋਸ਼ਿਸ਼ ਕਰੇ, ਜਿਸ ਤਰ੍ਹਾਂ ਵੀ ਕਈ ਵਾਰੀ ਮੈਂ ਘਰੇ ਛੁੱਟੀ ਗਿਆ ਹੁੰਦਾ ਹਾਂ, ਮੇਰੇ ਮਗਰੋਂ ਰਹਿ ਰਸ ਦਾ ਪਾਠ ਕਰਦੇ ਹਨ, ਜਾਂ ਕੀਰਤਨੀ ਸਿੰਘ ਹਨ ਸਾਡੇ ਨਾਲ, ਉਹਨਾਂ ਦੇ ਨਾਲ ਸਾਈਡ 'ਤੇ ਕੀਰਤਨ ਦੀ ਡਿਊਟੀ ਵੀ ਕਰ ਲੈਂਦੇ ਹਨ। ਸੋ ਇਸੇ ਤਰ੍ਹਾਂ ਮਾਲਕ ਕਿਰਪਾ ਬਣਾਈ ਰੱਖਣ ਇਹਦੇ ਉੱਪਰ, ਸੋ ਚੜ੍ਹਦੀ ਕਲਾ ਕਰਨ, ਸੋ ਸਮਾਜ ਦੇ ਵਿੱਚ ਇਹ ਸੇਧ ਮਿਲਦੀ ਹੈ ਵੀ ਜੇ ਮੰਨ ਲਓ ਤੁਹਾਡੀ ਹਾਈਟ ਛੋਟੀ ਹੈ ਜਾਂ ਤੁਸੀਂ ਅੰਗਹੀਨ ਹੋ ਜਾਂ ਮਤਲਬ ਕਿ ਤੁਹਾਡਾ ਪੈਰਾਲਾਈਜ਼ ਹੋ, ਤੁਸੀਂ ਜੇ ਤੁਸੀਂ ਇਹ ਕਾਬਲੀਅਤ ਰੱਖਦੇ ਹੋ ਤੁਸੀਂ ਅੱਗੇ ਵਧਣ ਦੀ, ਤਾਂ ਤੁਸੀਂ ਭਾਈ ਦਿਲਪ੍ਰੀਤ ਸਿੰਘ ਜੀ ਤੋਂ ਇਹ ਚੀਜ਼ ਸਿੱਖ ਸਕਦੇ ਹੋ।
ਤਾਂ ਤੁਸੀਂ ਦੇਖੀ ਦਿਲਪ੍ਰੀਤ ਨਾਂ ਦੇ ਗੁਰਸਿੱਖ ਦੀ ਕਹਾਣੀ, ਜਿਸਦੇ ਛੋਟੇ ਕੱਦ ਕਾਰਨ ਉਸਨੂੰ ਹਰ ਪਾਸੋਂ ਦੁਤਕਾਰਿਆ ਗਿਆ, ਪਰ ਜਦ ਉਸਨੇ ਗੁਰੂ ਸਾਹਿਬਾਨ ਦਾ ਲੜ ਫੜਿਆ ਤਾਂ ਉਸਦਾ ਹਰ ਪਾਸੇ ਸਤਿਕਾਰ ਹੋਣ ਲੱਗ ਪਿਆ। ਪਠਾਨਕੋਟ ਤੋਂ ਜਤਿਨ ਸ਼ਰਮਾ, ਨਿਊਜ਼ 18, ਪੰਜਾਬ।